ਤੇ ਉਧਰ ਗੁਰਦਾਸਪੁਰ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਹੈ। ਦਰਅਸਲ ਮਾਮਲਾ ਇੱਕ ਵਿਅਕਤੀ ਵੱਲੋਂ ਆਪਣੀ ਹੀ ਪਤਨੀ ਨਾਲ ਸਮੂਹਿਕ ਬਲਤਕਾਰ ਕਰਵਾਉਣ ਦਾ ਹੈ। ਆਖਿਰ ਪੂਰਾ ਮਾਮਲਾ ਕੀ ਹੈ, ਵੇਖਦੇ ਹਾਂ ਇੱਕ ਰਿਪੋਰਟ ਰਾਹੀਂ। ਗੁਰਦਾਸਪੁਰ ਦੇ ਵਿੱਚ ਇੱਕ ਨੌਜਵਾਨ ਨੇ ਪਹਿਲਾਂ ਲੜਕੀ ਨੂੰ ਅਗਵਾ ਕਰਕੇ ਉਸਦੇ ਨਾਲ ਜਬਰ ਜਨਾਹ ਕੀਤਾ, ਫਿਰ ਜਦੋਂ ਉਸਨੂੰ ਲੱਗਿਆ ਕਿ ਉਸਦੇ ਖਿਲਾਫ਼ ਮਾਮਲਾ ਦਰਜ ਹੋ ਸਕਦਾ ਹੈ ਤਾਂ ਉਸਨੇ ਲੜਕੀ ਦੇ ਭਰਾ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੰਦਿਆਂ ਹੋਇਆਂ ਕੋਰਟ ਦੇ ਵਿੱਚ ਉਸਦੇ ਨਾਲ ਵਿਆਹ ਕਰਵਾ ਲਿਆ। ਵਿਆਹ ਤੋਂ ਬਾਅਦ ਪੀੜਤ ਲੜਕੀ ਨੇ ਵੀ ਇਸ ਗੱਲ ਨੂੰ ਮੰਨ ਲਿਆ, ਪਰ ਫਿਰ ਨੌਜਵਾਨ ਨੇ ਆਪਣੀ ਪਤਨੀ ਨੂੰ ਦੋਸਤਾਂ ਅੱਗੇ ਪਰੋਸਣਾ ਸ਼ੁਰੂ ਕਰ ਦਿੱਤਾ। ਜਦੋਂ ਪੀੜਤ ਨੇ ਇਸ ਦਾ ਵਿਰੋਧ ਕੀਤਾ ਤਾਂ ਉਕਤ ਨੌਜਵਾਨ ਨੇ ਉਸਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਮੇਰਾ ਪਿੰਡ ਸਾਧੂ ਝਾਕਾ ਅਤੇ ਉਹ ਮੁੰਡੇ ਦਾ ਨਾਂ ਸਰਬਜੀਤ ਸਿੰਘ ਆ। ਵੈਸੇ ਇਹਨਾਂ ਦਾ ਡੈਡੀ ਉਹਨਾਂ ਨਾਲ ਝਗੜਾ ਹੋਇਆ ਸੀ, ਮੈਨੂੰ ਨਹੀਂ ਪਤਾ ਕਿ ਮਤਲਬ ਇਹੋ ਜਿਹੀ ਕੋਈ ਗੱਲ ਆ, ਇਹਨੇ ਜਾਣ ਬੁੱਝ ਕੇ ਮੇਰੇ ਨਾਲ ਜਾਣ ਪਛਾਣ ਕੱਢੀ ਆ ਨਾ, ਅਤੇ ਥੋੜ੍ਹਾ ਬਹੁਤਾ ਚਲੋ ਮੈਂ ਵੀ ਚਲੋ ਗੱਲਬਾਤ ਹੋ ਗਈ ਸਾਡੀ, ਫੋਨ 'ਤੇ ਗੱਲ ਕਰਦੇ ਹੁੰਦੇ ਸੀ, ਪਰ ਮੈਨੂੰ ਇਸ ਚੱਕਰ ਦਾ ਬਿਲਕੁਲ ਨਹੀਂ ਪਤਾ ਕਿ ਇਹ ਕੁਛ ਇੱਦਾਂ ਦਾ ਕਰੇਗਾ। ਅਤੇ ਉਸ ਤੋਂ ਬਾਅਦ ਇਹ ਮੈਨੂੰ ਥੋੜ੍ਹੇ ਚਿਰ ਬਾਅਦ ਇਹ ਮੈਨੂੰ ਲੈ ਗਿਆ, ਮਤਲਬ ਸਾਡੇ ਪਿੰਡੋਂ ਹੀ ਪਹਿਲਾਂ ਇਹ ਆਇਆ ਸੀ ਅੱਗੇ ਮੋਟਰਸਾਈਕਲ, ਅਤੇ ਬਾਅਦ 'ਚੋਂ ਦੋ ਮੁੰਡੇ ਅੱਗੇ ਖੜ੍ਹੇ ਸੀ ਉੱਥੇ ਜਾਣ ਵਾਸਤੇ। ਫਿਰ ਉੱਥੇ ਆਪਣੇ ਦੋਸਤ ਕੋਈ ਉੱਥੇ ਕੰਮ ਕਰਦਾ ਰਿਹਾ ਸੀ, ਟਰਾਲੇ ਦਾ, ਟਰਾਲਾ ਚਲਾਉਂਦਾ ਰਿਹਾ। ਫਿਰ ਉਸ ਤੋਂ ਬਾਅਦ ਉਹਨੇ ਇੱਥੇ ਲੈ ਕੇ ਗਿਆ ਆਪਣੇ ਦੋਸਤਾਂ, ਮਤਲਬ ਆਪ ਵੀ ਗਲਤ ਕੀਤਾ ਵਾ, ਆਪਣੇ ਦੋਸਤਾਂ ਕੋਲ ਵੀ ਕਰਵਾਇਆ, ਇੰਨੇ ਗਲਤ ਕਰਵਾਇਆ। ਬਾਅਦ ਵਿੱਚ ਕਹਿੰਦਾ ਸੀ ਕਿ ਕੋਈ ਗੱਲ ਨਹੀਂ, ਮੈਂ ਤੇਰੇ ਨਾਲ ਵਿਆਹ ਕਰਵਾ ਲੂੰਗਾ। ਫਿਰ 27 ਤਰੀਕ 'ਤੇ ਉਹ ਹਾਈ ਕੋਰਟ ਲੈ ਕੇ ਗਏ ਆ, ਉੱਥੇ ਵਿਆਹ ਨਹੀਂ ਹੋਇਆ। ਇਹਨਾਂ ਦੀ ਪਹਿਲਾਂ ਹੀ ਕਿਸੇ ਨਾਲ ਗੱਲਬਾਤ ਹੋ ਗਈ ਸੀ ਕਿ ਇਸ ਤਰ੍ਹਾਂ ਕਰਨਾ ਵਾ, ਇਹਨਾਂ ਦੇ ਰਿਸ਼ਤੇਦਾਰ ਵੀ ਉੱਥੇ ਹੈਗੇ ਸੀ, ਇਹਦਾ ਵੱਡਾ ਬ੍ਰਦਰ ਵੀ ਉੱਥੇ ਮੈਨੂੰ ਕਹਿੰਦਾ ਸੀ ਕਿ ਮਤਲਬ ਮੇਰੇ ਨਾਲ ਕੋਈ ਇੱਦਾਂ ਗਲਤ ਸੰਬੰਧ ਬਣਾ, ਮੈਂ ਮਨਾ ਕਰਤਾ, ਮੈਂ ਕਿਹਾ ਨਹੀਂ। ਫਿਰ ਉਸ ਤੋਂ ਬਾਅਦ ਇਹਨਾਂ ਨੇ ਵਿਆਹ ਨਹੀਂ ਕਰਾਇਆ, ਪਤਾ ਨਹੀਂ ਕੀ ਕਰਵਾਇਆ, ਮੈਨੂੰ ਚੂੜਾ ਪਵਾ ਕੇ ਇਹਨਾਂ ਨੇ ਘਰ ਲੈਣ ਤਾਂ ਆਪਣੀ ਸੇਫਟੀ ਵਾਸਤੇ ਘਰ ਲੈ ਕੇ ਆ ਗਏ। ਫਿਰ ਇਹ ਘਰ ਇਹਦੀ ਮੰਮੀ ਮੈਨੂੰ ਐਕਸੈਪਟ ਨਹੀਂ ਕਰਦੀ ਕਿ ਇਹ ਸਾਈਆਂ ਦੀ ਕੁੜੀ ਹੈ, ਚੂੜੇ ਆਏ। ਆਪਣੀ ਧੀ ਉੱਤੇ ਹੋਏ ਇਸ ਕਥਿਤ ਅੱਤਿਆਚਾਰ ਅਤੇ ਘਿਨਾਉਣੇ ਕਾਰਨਾਮੇ ਨੇ ਪਰਿਵਾਰ ਨੂੰ ਬੁਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ ਹੈ। ਇਸ ਮੌਕੇ ਪੀੜਤ ਦੀ ਮਾਂ ਨੇ ਦੋਸ਼ੀਆਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਸਾਨੂੰ ਕੀਤਾ ਕਿ ਤੁਸੀਂ ਭੱਜ ਨਾ ਆਓ ਤਾਂ ਸਹੀ, ਮੈਨੂੰ ਵੇਖੋ ਤਾਂ ਸਹੀ, ਸਾਡਾ ਵੀ ਅੰਦਰੋਂ ਦਿਲ ਨਹੀਂ ਸਹੀ ਮੰਨਦਾ। ਅਸਲ ਵਿੱਚ ਬਿਤਰੀ ਕਦੇ ਗਏ, ਮੈਂ ਚਲੋ ਆਪਣੇ ਹਸਬੈਂਡ ਨੂੰ ਲੈ ਕੇ, ਮੈਂ ਸਾਡੀ ਕੁੜੀ ਆ, ਜੇ ਗਲਤੀ ਉਹਦੀ ਆ ਜਾਂ ਉਹਨੇ ਕੀਤੀ ਆ ਤਾਂ ਮੈਂ ਵੇਖੀਏ ਤਾਂ ਸਹੀ ਕੀ ਹੋ ਰਿਹਾ ਉਹਦੇ ਨਾਲ। ਜਦੋਂ ਅਸੀਂ ਗਏ ਉਹਦੀ ਮਾਂ 5-6 ਉੱਥੇ ਬੰਦੇ ਬੈਠੇ, ਦੌੜ ਕੇ ਝੋਨੇ ਵਿੱਚ ਵੜ ਗਏ, ਸਾਈਡ 'ਤੇ ਇੱਕ ਖੰਡਰ ਬੜੇ ਲੰਮੇ ਕਮਰੇ ਕੀਤੇ, ਕਿੰਨੀਆਂ ਕੁ ਕੁੜੀਆਂ ਉੱਥੇ ਮਾਰ ਮੂਰ ਕੇ ਨੱਪੀਆਂ ਨੁੱਪੀਆਂ, ਇਹਨਾਂ 'ਚ ਕੰਮ ਕਰਕੇ ਸਾਨੂੰ ਨਹੀਂ ਪਤਾ। ਅਸੀਂ ਚਾਹੁੰਦੇ ਹਾਂ ਅੱਜ ਸਾਡੀ ਬੇਟੀ ਨਾਲ ਹੋਇਆ, ਕੱਲ੍ਹ ਸਾਡੀਆਂ ਛੋਟੀਆਂ ਬੇਟੀਆਂ ਵੀ ਤਾਂ ਹੋ ਰਹੀਆਂ ਨੇ, ਕਿਸੇ ਬੇਟੀ ਨਾਲ ਵੀ ਪੰਜਾਬ 'ਚ ਵੀ ਕਿਸੇ ਬੇਟੀ ਨਾਲ ਇਹੋ ਜਿਹੇ ਬੇਟਿਆਂ ਨੂੰ ਇਹੋ ਜਿਹੀ ਸਖ਼ਤ ਸਜ਼ਾ ਦੇਣੀ ਮਿਲਣੀ ਚਾਹੀਦੀ। ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਪੁਲਿਸ ਵੱਲੋਂ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਲੜਕੀ ਹੈ ਸਾਧੂ ਚੱਕ ਦੀ ਰਹਿਣ ਵਾਲੀ ਹੈ, ਅਤੇ ਇਹ ਸਰਬਜੀਤ ਨਾਂ ਦਾ ਮੁੰਡਾ ਸੀਗਾ, ਦੀ ਉਮਰ ਕਰੀਬ 20 ਸਾਲ ਸੀਗੀ, ਅਤੇ ਇਹ ਦੋਨੋਂ ਹਾਈ ਕੋਰਟ ਗਏ ਆ ਜੀ ਮੈਰਿਜ ਕਰਨ ਲਈ, ਅਤੇ ਲੜਕਾ ਮਾਈਨਰ ਹੋਣ ਕਰਕੇ ਲੜਕੇ ਦੀ ਜਿਹੜੀ ਸ਼ਾਦੀ ਆ ਉਹ ਐਕਸੈਪਟ ਹਾਈ ਕੋਰਟ ਨੇ ਨਹੀਂ ਕੀਤੀ। ਅਤੇ ਉਸ ਤੋਂ ਬਾਅਦ ਜਦੋਂ ਇਹ ਵਾਪਸ ਆਏ ਆ ਤਾਂ ਸਰਬਜੀਤ ਲੜਕੀ ਦੀ ਇੱਕ ਐਲੀਗੇਸ਼ਨ ਇਹ ਆਸ਼ਨਾ ਦਾ ਕਿ ਇਹਨੇ ਮੇਰੇ ਨਾਲ ਗੈਂਗ ਰੇਪ ਕਰਵਾਇਆ, ਅਤੇ ਉਹਦੇ ਸੰਬੰਧ 'ਚ ਅਸੀਂ ਐੱਫ ਆਈ ਆਰ ਲੋਜ 104 ਨੰਬਰ 376 IPC ਦਰਜ ਰਜਿਸਟਰ ਕਰ ਲਈ ਅਤੇ ਅੱਗੇ ਇਨਵੈਸਟੀਗੇਸ਼ਨ ਜਾਰੀ ਹੈ। ਇਹ ਗੱਲ ਅਜੇ ਸਾਡੇ ਨੋਟਿਸ 'ਚ ਨਹੀਂ ਆਈ, ਇਨਵੈਸਟੀਗੇਸ਼ਨ 'ਚ ਇਹ ਗੱਲ ਕੋਈ ਸਾਹਮਣੇ ਨਹੀਂ ਆਈ, ਉਹਦੇ ਸਟੇਟਮੈਂਟ ਦੇ ਬਿਹਾਫ 'ਤੇ ਅਸੀਂ FIR ਜਿਹੜੀ ਦਰਜ ਰਜਿਸਟਰ ਕਰ ਲਈ। ਸਾਡੇ ਸਮਾਜ ਵਿੱਚ ਅੱਜ ਦਿਨ ਇਹੋ ਜਿਹੀਆਂ ਘਟਨਾਵਾਂ ਸੁਰਖੀਆਂ ਬਣਦੀਆਂ ਨੇ ਅਤੇ ਲੋਕਾਂ ਦੇ ਦਿਲਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਰਿਹਾ ਹੈ। ਖੈਰ ਵੇਖਦੇ ਹਾਂ ਕਿ ਇਸ ਮਾਮਲੇ ਵਿੱਚ ਹੁਣ ਪੁਲਿਸ ਕੀ ਕਾਰਵਾਈ ਕਰਦੀ ਹੈ। ਗੁਰਦਾਸਪੁਰ ਤੋਂ ਭੋਪਾਲ ਸਿੰਘ ਦੀ ਰਿਪੋਰਟ, FYI ਮੀਡੀਆ ਲਈ।